हर अंतर जामी। वाहिगुरु जी का खालसा, वाहिगुरु जी की फतेह। अमृत सांझी गुरबाणी पोपली लाइव 13-13 ए कीर्तन चैनल अज तो नहीं सालां तो लगातार सारे हिंदुस्तान ही नहीं विदेशां तक यूट्यूब दी मदद नाल अज सारे संसार दे कीर्तन प्रेमियां नूं गुरु नानक नाम लेवा संगतां नूं 1645 तो उपर रिकॉर्डिंग करके 3.25 लाख तो ज्यादा संगतां कीर्तन राही पोपली चैनल लाइव 13-13 वेख रहियां हन। सब दा बहुत बहुत शुकराना। सारे जरूर ते जरूर इन्हां कीर्तन चैनलां नूं देखो, अपना आनंद माणो, होरां नूं भी दसो ताकि ये चैनल जिथे दिन रात निष्काम सेवा करदिया होया गुरु की संगतां नूं गुरबाणी जस सरवण करा रहा है उत्थे नाल ही नाल इन्हां नूं थापड़े बख्शो ताकि गुरु हमेशा हमेशा लई इन्हां तों सेवा लैंदा रहे और गुरु अपनियां आसीसां भेज के इस परिवार नूं इस लाइव 13-13 नूं इसे तरीके नाल वधदा फुलदा देखे। हुण आईफोन ते भी नवी सेवा इन्हां ने शुरू कर दिती है। आओ असी सारे भी इसका आनंद लईए ताकि बाकी लोगों तक भी यह सुनेहा पहुँचाइए। ये सारिया सेवावां गुरु की संगतां वास्ते गुरबाणी जस नाल उन्हां नूं जोड़न वास्ते आरंभ कीतियां गईयां हन। वाहिगुरु जी का खालसा, वाहिगुरु जी की फतेह। सतनाम संगत जी, जेड़ा लफज बोलिया सी ना सहज सुभा गर्मी आउंदी जे सहज सुभा भी पता ही कोई नहीं बत्ती चली जानी है या जिवें भी इहनू कहिंदे जे सहज सुभा। जे ना बोलिया हुंदा ते अद्धियां ने उठ जाणा सी। ਹੁਣ ਉਹਦੇ ਪੂਰੇ ਹੁਣ ਟਿਕੇ ਹੋਏ ਆ ਵੀ ਸੁਣਿਆ ਸਹਿ ਸੁਭਾਅ ਗਰਮੀ ਲੱਗ ਜੇ ਮਨ ਨੂੰ ਛੋਟਾ ਨਹੀਂ ਹੋਣ ਦੇ। ਹੁਣ ਸੁਣਿਓ ਜੀ ਬਚਨ, ਗੁਰੂ ਗੋਬਿੰਦ ਸਿੰਘ ਬੈਠੇ ਆ ਕੋਲ, ਖਾਲਸਾ ਬੈਠਾ, ਕਿਸੇ ਨੇ ਦੁਮਾਲਾ ਸਜਾਇਆ, ਕਿਸੇ ਨੇ ਗੋਲ ਦਸਤਾਰ ਸਜਾਈ ਹੈ, ਖਾਲਸੇ ਬੈਠੇ ਪਿਤਾ ਜੀ ਦੇ। ਹੁਣ ਯਤਨ ਕਰਾਂਗੇ 5-7 ਮਿੰਟ 'ਚ ਸਮਾਪਤੀ ਵੱਲ, ਤੁਸੀਂ ਟਿਕਾਓ ਬਖਸ਼ੋ। ਨਿਕਟ ਖਾਲਸਾ ਗੁਰਪਚ ਸੁਣਿਓ, ਗੁਰੂ ਗੋਬਿੰਦ ਸਿੰਘ ਦੇ ਕੋਲ ਨਿਕਟ ਬੈਠੇ ਖਾਲਸੇ ਤੇ ਗੁਰੂ ਦੇ ਬਚਨ ਸੁਣ ਰਹੇ। ਇਹ ਮੈਂ ਕੋਈ ਕਵਿਤਾ ਨਹੀਂ ਸੁਣਾ ਰਿਹਾ ਜੇ, ਕੋਈ ਧਾਰਨਾ ਨਹੀਂ, ਇਹ ਤੁਹਾਡਾ ਗ੍ਰੰਥ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਉਹਦੀਆਂ ਇਹ ਪੰਕਤੀਆਂ ਨੇ ਜਿਹਦੀ ਇਤਿਹਾਸਕ ਗੁਰਦੁਆਰਿਆਂ 'ਚ ਕਥਾ ਹੁੰਦੀ ਹੈ। ਨਿਕਟ ਖਾਲਸਾ ਗੁਰ ਬਚ ਸੁਣਿਓ, ਖਾਲਸਾ ਗੁਰੂ ਗੋਬਿੰਦ ਸਿੰਘ ਦੇ ਕੋਲ ਬਹਿ ਕੇ ਨਾ ਬਚਨ ਸੁਣਦੇ ਪਏ। ਪੂਜਨ ਕਾਰਨ ਨੀਕੇ ਭਨਿਓ, ਨੀਕੇ ਕਹਿੰਦੇ ਵਧੀਆ ਵੇਲਾ,
ਸੂਝਣ ਕਹਿੰਦੇ ਪੁੱਛਣਾ। ਉਹ ਖਾਲਸੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਕਹਿੰਦੇ ਹੈ, ਕਹਿੰਦੇ ਮਹਾਰਾਜ ਜੀ ਬੜਾ ਵਧੀਆ ਵੇਲਾ ਬਣਿਆ ਗੱਲ ਪੁੱਛਣ ਦਾ, ਉਹ ਗੱਲ ਛੜੀ ਹੋਣੀ ਪੁੱਛ ਲਈਏ। ਸਤਿਗੁਰੂ ਮਨ 'ਚ ਕੋਈ ਸੰਸਾ ਹੈ, ਜਿਹੜਾ ਮੈਂ ਮਾੜਾ ਜਿਹਾ ਸੰਸਾ ਬੋਲਿਆ ਤੁਹਾਨੂੰ, ਵੀ ਕਈ ਕਹਿੰਦੇ ਬਾਣੀ ਮੁਕਤੀ ਲਈ ਦੁਨਿਆਵੀ ਕੰਮ ਲਈ ਨਹੀਂ ਬਣਨੀ ਚਾਹੀਦੀ। ਉਹ ਖਾਲਸਾ ਕਹਿੰਦਾ ਜੀ ਨਿਕਟ ਖਾਲਸਾ ਗੁਰਬਚ ਸੁਣਿਓ, ਬੂਜਨ ਕਾਰਨ ਨੀਕੇ ਭਨਿਓ। ਮਹਾਰਾਜ ਵਧੀਆ ਵੇਲਾ ਬਣਿਆ ਪੁੱਛਣ ਦਾ ਬੂਝਣ ਦਾ। ਸ਼੍ਰੀ ਪ੍ਰਭੂ ਪਾਤਸ਼ਾਹ, ਇਹ ਖਾਲਸਾ ਕਹਿ ਰਹੇ ਗੁਰੂ ਗੋਬਿੰਦ ਸਿੰਘ ਜੀ ਨੇ, ਉਹ ਸ਼੍ਰੀ ਪ੍ਰਭੂ ਪਾਤਸ਼ਾਹ ਗੁਰ ਸਾਚੇ, ਦੇਹੋ ਬਤਾਏ ਸੰਸੇ ਚਿਤ ਰਾਜੇ। ਹੁਣ ਬੀਬੀ ਉਹ ਥੋੜਾ ਵੇਖ ਲਿਓ ਵੀਰੋ, ਤੁਸੀਂ ਵੀ ਖਾਲਸੇ ਦੀ ਐਡੀ ਤਕੜੀ ਭਾਵਨਾ ਸੀ, ਬਾਜਾਂ ਵਾਲੇ ਨੂੰ ਪ੍ਰਭੂ ਕਹਿ ਦਿੰਦੇ ਸੀ, ਗੱਜ ਕੇ ਆਖੋ ਸਾਧਨਾ, ਤੁਸੀਂ ਵੀ ਇਹ ਭਾਵਨਾ ਰੱਖੋ। ਕਾਦਰੇ ਹਰਕਾਰ ਗੁਰ ਗੋਬਿੰਦ, ਇਹ ਭਾਈ ਨੰਦ ਲਾਲ ਕਹਿੰਦੇ ਤੂੰ ਕਾਦਰ ਹੈ ਗੱਜ ਕੇ ਆਖੋ ਸਾਧਨਾ। ਹੱਕ ਹੱਕ ਆਈਨਾ, ਭਾਈ ਨੰਦ ਲਾਲ ਆਈਨਾ ਕਹਿੰਦੇ ਸ਼ੀਸ਼ੇ ਨੂੰ, ਹੱਕ ਹੱਕ ਕਹਿੰਦੇ ਸੱਚੇ ਰੱਬ ਨੂੰ। ਭਾਈ ਨੰਦ ਲਾਲ ਕਹਿੰਦੇ ਉਹ ਸੱਚੇ ਰੱਬ ਨੂੰ ਸ਼ੀਸ਼ੇ 'ਚ ਵੇਖਣਾ ਹੋਵੇ ਬਾਜਾਂ ਵਾਲੇ ਦੇ ਦਰਸ਼ਨ ਕਰ ਲੈ, ਰੱਬ ਦਾ ਸ਼ੀਸ਼ਾ ਹੀ ਉਹਦੇ। ਆਹ ਭਾਵਨਾ ਰੱਖਿਆ ਕਰੋ। ਸ਼੍ਰੀ ਪ੍ਰਭੂ ਪਾਤਸ਼ਾਹ ਗੁਰ ਸਾਚੇ, ਖਾਲਸੇ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੂੰ, ਦੇਹੋ ਬਤਾਏ ਸੰਸੇ ਚਿਤ ਰਾਚੇ। ਸਾਡੇ ਚਿੱਤ 'ਚ ਸੰਸਾ ਮਹਾਰਾਜ ਜੀ, ਆਪ ਜੀ ਅੱਗੇ ਰੱਖ ਦਈਏ, ਕਰੋਗੇ ਹੱਲ? ਗੁਰੂ ਗੋਬਿੰਦ ਸਿੰਘ ਕਹਿੰਦੇ ਹਾਂ ਬਈ ਦੱਸੋ ਕੀ ਸੰਸਾ। ਆ ਬੀਬੀਓ ਭੈਣੋ, ਅੱਜ ਸੁਣਿਓ ਤੇ ਫਿਰ ਪੱਕੇ ਹੋ ਜਿਓ, ਕੋਈ ਗਲਤ ਪ੍ਰਚਾਰਕ ਤੁਹਾਨੂੰ ਤੋੜ ਨਾ ਸਕੇ। ਆਖੋ ਸਤਨਾਮ। ਸੰਸਾ ਸੁਣੋ, ਖਾਲਸੇ ਨੇ ਕੀ ਸੰਸਾ ਰੱਖਿਆ? ਲੇਤ ਮੁਕਤ ਜਪ ਪਾਠਕ ਸੋਏ, ਲੇਤ ਮੁਕਤ ਜਪ, ਜਪ ਦਾ ਅਰਥ ਜਪਜੀ ਸਾਹਿਬ, ਪਾਠਕ ਪੜ੍ਹਨ ਵਾਲਾ। ਖਾਲਸੇ ਨੇ ਕੀ ਸੰਸਾ ਰੱਖਿਆ? ਲੇਤ ਮੁਕਤ ਜਪ ਪਾਠਕ ਸੋਏ। ਮਹਾਰਾਜ ਆ ਸੰਸਾ ਕਿ ਜਪਜੀ ਸਾਹਿਬ ਪੜ੍ਹਨ ਦੇ ਨਾਲ ਮੁਕਤੀ ਮਿਲਦੀ ਹੈ, ਗੱਜ ਕੇ ਆਖੋ ਸਤਨਾਮ। ਲੇਤ ਮੁਕਤ ਜਪ ਪਾਠਕ ਸੋਏ, ਕਹਿ ਸਰੀਰ ਕੀ ਰੱਖਿਆ ਹੋਏ। ਮਹਾਰਾਜ ਆ ਸੰਸਾ ਸਾਨੂੰ ਦੱਸੋ, ਜਪਜੀ ਸਾਹਿਬ ਦੀ ਬਾਣੀ ਮੁਕਤੀ ਦਿੰਦੀ ਹੈ ਕਿ ਤਨ ਦੀਆਂ ਲੋੜਾਂ ਪੂਰੀਆਂ ਕਰਦੀ ਹੈ? ਫਿਰ ਬੋਲਾਂ ਜੀ, ਲੇਤ ਮੁਕਤ ਜਪ ਪਾਠਕ ਸੋਏ, ਕਹਿ ਸਰੀਰ ਕੀ ਰੱਖਿਆ ਹੋਏ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ, ਜਪਜੀ ਸਾਹਿਬ ਦੀ ਬਾਣੀ ਮੁਕਤੀ ਦਿੰਦੀ ਹੈ ਕਿ ਸਰੀਰ ਦੀਆਂ ਲੋੜਾਂ ਪੂਰੀਆਂ ਕਰਦੀ? ਆਖੋ ਸਤਨਾਮ। ਲੇਤ ਮੁਕਤ ਜਪ ਪਾਠਕ ਸੋਏ, ਕਹਿ ਸਰੀਰ ਕੀ ਰੱਖਿਆ ਹੋਏ। ਇਹ ਨਿਰਣੇ ਹਮ ਪਾਵੇਂ ਕੈਸੇ, ਇਹ ਨਿਰਣਾ ਕਿਵੇਂ ਪਾਈਏ ਮਹਾਰਾਜਾਂ ਦਾ ਜਵਾਬ? ਇਹ ਨਿਰਣੇ ਹਮ ਪਾਵੇਂ ਕੈਸੇ, ਸਿੱਖਣ ਹੇਤ ਉਚਾਰੋ ਤੈਸੇ। ਸਾਡੇ ਸਿੱਖਾਂ ਦੇ ਆਉਣ ਵਾਲਿਆਂ ਦੇ ਵੀ ਸੰਸੇ ਹੱਲ ਹੋ ਜਾਣਗੇ, ਸਤਿਗੁਰੂ ਇਹਦਾ ਜਵਾਬ ਦੇ ਦਿਓ। ਆਖੋ ਸਤਨਾਮ। ਕਿ ਬਾਣੀ ਮੁਕਤੀ ਦਿੰਦੀ ਹੈ ਕਿ ਤਨ ਦੀਆਂ ਲੋੜਾਂ ਵੀ ਪੂਰੀਆਂ ਕਰਦੀ? ਅੱਜ ਲਖਨਊ ਵਾਲੇ ਪੱਕੇ ਹੋ ਜਾਓ। ਬਾਜਾਂ ਵਾਲੇ ਨੇ ਕੀ ਜਵਾਬ ਦਿੱਤਾ? ਕਲਗੀਆਂ ਵਾਲੇ ਨੇ ਇਹਦਾ ਕੀ ਜਵਾਬ ਦਿੱਤਾ? ਉਹ ਮਹਾਰਾਜ ਸੇਵਾ ਲੈਣ, ਇੱਕ ਵਾਰੀ ਫੇਰੇ ਪੰਕਤੀ ਪੜੋ ਇੱਕ ਮਿੰਟ ਲਈ। ਗੁਰਵਟ ਪਾਗੀ ਪਾਇਆ ਗੁਰ, ਭੂਲੇ
ऐसा गुरु वड भागी पाया, ऐसा गुरु वड प्यार नाल अज पक्के हो जाना। श्री मुख ते फुरमावन कीन, गुरु गोबिंद सिंह मुख तो फरमाए। सवाल समझ गए हो ना, जब जी साहब दी बाणी मुक्ति देंदी है कि तन दियां लोड़ां पूरियां करदी, गज के आखो सतनाम। महाराज आ शंका कढ दे, श्री मुख ते फुरमावन कीन, अमृत फल किनू कर लीन। कलगीधर बोलन लगे जे, श्री मुख ते फुरमावन कीन, अमृत फल किस हूं कर लीन। बाजां ले की कहंदे जी, महाराज कहंदे खालसा जी सुखमन जब जी साहब दी बाणी ओ अमृत फल है। आखो सतनाम, ए ओ अमृत फल है। सुनो ध्यान नाल, श्री मुख ते फुरमावन कीन, अमृत फल किस हूं कर लीन। हुण सुनो जी, जो अचले जिहड़ा पढ़दा, जो अचले अमर होए जाए मुक्त हो जाता। गज के आखो सतनाम, जो अचले अमर होए जाए भूख तिरखा भी दुख बिन साए। एक कलगीधर कह रहे हैं, महाराज कहते तुसी सवाल कीता जब जी साहब दी बाणी मुक्ति लई पढ़नी चाहिदी के तन दियां लोड़ां लई। गुरु गोबिंद सिंह कहंदे ए जपजी साहब दी बाणी ओ अमृत फल है, कोई मुक्ति लई पढ़दा ओनूं मुक्ति मिल जांदी है। कोई घर दे दुख, तीन लफ्ज आया जी, भूख तिरखा भी दुख बिन साए। कोई घर दी भुख लई पढ़दा, दुख लई पढ़दा, किसे तृष्णा लई पढ़दा, ए बाणी ओ खजाना ओदियां ओ झोलियां भर देंदी। आखो सतनाम, जो अचले अमर होए जाए भूख तिरखा भी दुख बिन साए, अमृत फल जिम दोनों करे। ये अमृत फल है, अमृत फल जिम दोनों करे, तथा शकत जप जी जोग धरे, तथा शकत जप जी जोग धरे, तन की रक्षा। हुण जकारा तगड़ा देना सुनन तो बाद अज शंके खत्म हो जाण तुहाडे। गुरु गोबिंद सिंह की कहिंदे, आ सवाल कीता जे वी बाणी मुक्ति लई कि तन दियां लोड़ां लई, ते की जवाब दिता, तन की रक्षा मुक्त पदार्थ। महाराज कहिंदे खालसा जी ए गुरबाणी कोई तन दियां लोड़ां लई पढ़दा ओदियां तन दियां लोड़ां पूरियां हुंदियां, कोई मुक्ति लई पढ़दा ओनूं मुक्ति मिल जांदी है। तन की रक्षा मुक्त पदार्थ, तन की रक्षा मुक्त पदार्थ, दे दोनों को। देखो कलगियां कह रहे जे, दे दोनों को सदा सकारथ। जकारा दो प्यार ना लेके जी, कोई गुरकबाल सिंह नहीं कह रहा तुहानू कोई टोके। मैं कहना देखो मुक्ति बाद च वेखी है। हुण आम बंदे दे घर विच गुजारा ना होवे रोटी खाण नू, पहले उहनू ओह लोड़ है। आखो सतनाम,
ਘਰ ਚ ਕਲੇਸ਼ ਹੈ, ਕੋਈ ਦੁੱਖ ਆ ਗਿਆ ਸਰੀਰਕ, ਕੋਈ ਬਿਮਾਰੀ ਆ ਗਈ ਹੈ, ਤੇ ਜੇ ਤੁਸੀਂ ਕਿਸੇ ਸਿਆਣੇ ਕੋ ਨਹੀਂ ਗਏ, ਜੋਸ਼ੀ ਕੋ ਨਹੀਂ, ਗਲਤ ਜਗ੍ਹਾ ਨਹੀਂ ਗਏ, ਬਾਬੇ ਦੀ ਸੁਖਮਨੀ ਸਾਹਿਬ ਦਾ ਜਪਜੀ ਸਾਹਿਬ ਦਾ ਆਸਰਾ ਲਿਆ, ਕੋਈ ਗਲਤ ਨਹੀਂ, ਗੱਜ ਕੇ ਆਖੋ ਸਾਧਨਾ। ਇਹ ਕੋਈ ਗੁਰਗਵਾਲ ਸਿੰਘ ਨਹੀਂ ਕਹਿ ਰਿਹਾ, ਕਲਗੀਆਂ ਲਈ ਕਹਿ ਰਿਹਾ। ਤਨ ਕੀ ਰੱਛਾ ਮੁਕਤ ਪਦਾਰਥ ਦੇ ਦੋਨੋਂ ਕੋ ਸਦਾ ਸਕਾਰਥ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ। ਬੋਲੋ ਭੈਣੋ, ਵਿੱਚ ਅਜੇ ਕੋਈ ਉੱਠੇ ਨਾ, ਬੇਨਤੀ ਹੈ, ਦੋ ਚਾਰ ਮਿੰਟ ਦਾ ਜ਼ਿਕਰ ਹੋਰ ਹੈ, ਕਿਉਂਕਿ ਕੋਈ ਨਾ ਕੋਈ ਦਲੀਲ ਜਿਹੜੀ ਹੈ ਉਹ ਰੱਖੀ ਜਾਣੀ ਹੁੰਦੀ ਹੈ। ਇਹ ਸਿਰਫ ਮੋਟਾ ਮੋਟਾ ਪ੍ਰਕਰਨ ਤੁਹਾਡੇ ਅੱਗੇ ਰੱਖਿਆ, ਕਿਤੇ ਟੁੱਟ ਨਾ ਜਾਓ। ਬਈ ਸਾਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਸੜਕ ਦਿੱਤੀ ਹੈ ਕਿ ਤਨ ਦੀਆਂ ਲੋੜਾਂ ਵੀ ਬਾਣੀ ਪੂਰੀ ਕਰਦੀ ਹੈ, ਮੁਕਤੀ ਵੀ ਦਿੰਦੀ ਹੈ। ਇੱਕ ਵਾਰੀ ਸਾਰੇ ਕਵੋ ਪਿਆਰ ਨਾਲ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ। ਬੋਲੋ ਭੈਣੋ, ਵਿੱਚ ਅੰਮ੍ਰਿਤ ਸਾਰੇ,
ਹਾਰੇ। ਦੋ ਤਿੰਨ ਮਿੰਟ ਚ ਸਮਾਪਤੀ ਹੈ, ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ। ਇਹ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਦਿਹਾੜਾ ਮਨਾ ਰਹੇ ਹੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਅਤੇ ਗੁਰਬਾਣੀ ਦੇ ਉੱਤੇ ਸਾਰੀ ਵਿਚਾਰ ਹੋਈ ਹੈ। ਤਨ ਕੀ ਰੱਛਾ ਮੁਕਤ ਪਦਾਰਥ ਦੇ ਦੋਨੋਂ ਕੋ ਸਦਾ ਸਕਾਰਤ। ਇਹ ਸਾਰੀਆਂ ਸੰਗਤਾਂ ਗੁਰਬਾਣੀ ਨਾਲ ਜੁੜੋ, ਗੁਰਬਾਣੀ ਦਾ ਲੜ ਫੜੋ। ਮੈਂ ਤਾਂ ਕਹਿੰਦਾ ਇੱਥੋਂ ਤੱਕ ਸੂਈ ਤੋਂ ਲੈ ਕੇ ਹਾਥੀ ਤੱਕ, ਛੋਟੇ ਕੰਮ ਤੋਂ ਕੋਈ ਵੱਡੇ ਕੰਮ ਤੱਕ ਵੀ ਇਸ ਗੁਰਬਾਣੀ ਤੋਂ ਬਿਨਾਂ ਤੁਰੋ ਹੀ ਨਾ। ਆਖੋ ਸਤਨਾਮ, ਚੱਲੋ ਹੀ ਨਾ। ਐਡਾ ਇਹਦੇ ਨਾਲ ਪਿਆਰ ਰੱਖੋ, ਸਿਦਕ ਰੱਖੋ। ਗੁਰੂ ਸਾਹਿਬ ਕਿਰਪਾ ਕਰਨ, ਇਸ਼ਾਰਾ ਜਾਈਏ ਕਿ ਬਾਈ ਚਾਂਸ ਕਿਸੇ ਦੀ ਬੁੱਧੀ 'ਚ ਗਲਤ ਖਿਆਲ ਆਉਂਦੇ ਹੋਣ, ਜਾਂ ਬੱਚੇ ਕੋਈ ਨਸ਼ਾ ਕਰਨ ਲੱਗ ਪਿਆ ਅਤੇ ਉਹਦਾ ਐਡਰੈਸ ਹੈ ਅੰਮ੍ਰਿਤਸਰ ਵਿੱਚ ਗੁਰਦੁਆਰਾ ਬਿਵੇਕਸਰ ਸਾਹਿਬ। ਗੱਜ ਕੇ ਆਖੋ ਸਤਨਾਮ। ਛੇਵੇਂ ਪਾਤਸ਼ਾਹ ਦਾ ਸਥਾਨ ਹੈ ਜਿੱਥੇ ਮਹਾਰਾਜ ਦਾ ਵਾਰੇ ਬਚਨ ਹੈ। ਜਿਹੜਾ ਇੱਥੇ ਜਪਜੀ ਸਾਹਿਬ ਦਾ ਪਾਠ ਬੱਚੇ ਨੂੰ ਲਿਆ ਕੇ ਕਰਾਊਗਾ, ਆਪ ਕਰੂਗਾ, ਇਸ਼ਨਾਨ ਕਰਾਏਗਾ, ਪੰਜ ਵਾਰੀ ਇੱਥੋਂ ਦਾ ਜਲ ਘਰ ਖੜੇਗਾ, ਜਪਜੀ ਸਾਹਿਬ ਦੇ ਪਾਠ ਕਰਕੇ ਬੱਚੇ ਨੂੰ ਪਿਆਏਗਾ। ਗੁਰਦੁਆਰੇ ਦਾ ਨਾਮ ਬਿਵੇਕਸਰ, ਉੱਥੇ ਬਚਨ ਹੈ। ਜਿਹਦੀ ਬੁੱਧੀ ਵੀ ਮਲੀਨ ਹੋ ਜੇ ਇੱਥੇ ਜਪਜੀ ਸਾਹਿਬ 'ਤੇ ਇਸ ਜਲ ਦਾ ਸਹਾਰਾ ਲਏਗਾ, ਬਵੇਕ ਮਲੀਨ ਬੁੱਧੀ ਫਿਰ ਬਵੇਕ ਹੋਏਗੀ। ਆਖੋ ਸਤਨਾਮ। ਅਤੇ ਬਾਈ ਚਾਂਸ, ਅੱਜ ਕੱਲ੍ਹ ਨਵੀਂ ਬਿਮਾਰੀ ਚੱਲੀ ਹੈ ਜਿਹਨੂੰ ਕਹਿੰਦੇ ਡਿਪਰੈਸ਼ਨ, ਟੈਨਸ਼ਨ ਬਹੁਤ ਚੱਲ ਪਈ ਹੁਣ। ਹਰ 15-20 ਬੰਦੇ ਪਿੱਛੇ ਇੱਕ ਨੂੰ ਹੈਗੀ ਹੈ, ਬੀਬੀਆਂ ਨੂੰ ਵੀ, ਵੀਰਾਂ ਨੂੰ ਵੀ। ਅਤੇ ਇਹ ਤੁਹਾਨੂੰ ਐਡਰੈਸ ਪਤਾ ਹੋਣੇ ਚਾਹੀਦੇ ਹੈ। ਬਾਈ ਚਾਂਸ ਕਿਸੇ ਨੂੰ ਡਿਪਰੈਸ਼ਨ, ਵਹਿਮ ਭਰਮਾਣੇ, ਮਤਲਬ ਹਰ ਵੇਲੇ ਅੰਦਰ ਡਰ ਬਣਿਆ ਰਹਿਣਾ, ਇਹਦਾ ਐਡਰੈਸ ਕਿੱਥੇ ਹੈ? ਅੰਬਾਲੇ, ਅੰਬਾਲੇ ਗੁਰਦੁਆਰਾ ਪੰਜੋਖਰਾ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਸਥਾਨ। ਗੱਜ ਕੇ ਆਖੋ ਸਤਨਾਮ। ਵਿਧੀ ਨਾਲ ਜਾਣਾ। ਮੈਂ ਵੇਖੋ ਗੁਰੂ ਦਾ ਪ੍ਰਕਾਸ਼ ਹੈ ਜਿਹਨੂੰ ਭੇਜਿਆ। ਅੱਜ ਨੂੰ ਜਦੀ ਨਾ ਡਿਪਰੈਸ਼ਨ, ਅਤੇ ਡਾਕਟਰਾਂ ਦੀ ਦਵਾਈ ਹੁੰਦੀ ਹੈ, ਉਹਦੇ ਨਾਲ ਨੀਂਦਰ ਆਉਂਦੀ, ਬਸ ਹੋਰ ਕੁਝ ਨਹੀਂ, ਦਿਮਾਗ ਨੂੰ ਰੈਸਟ ਦਵਾਉਂਦੇ ਆ। ਜਿਹਨੂੰ ਭੇਜਿਆ ਪੰਜੋਖਰਾ ਸਾਹਿਬ, ਇਹ ਸਾਡਾ ਐਡਰੈਸ ਹੈ। ਉੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਛੜੀ ਲਾਈ ਸੀ, ਛੱਜੂ ਝੀਵਰ ਦੇ ਪੰਡਿਤ ਨੇ ਮਿਹਣਾ ਮਾਰਿਆ ਸੀ ਲਾਲ ਚੰਦ ਨੇ। ਗੀਤਾ ਦਾ ਗਿਆਨ ਹੈਗਾ, ਗੁਰੂ ਮਹਾਰਾਜ ਕਹਿੰਦੇ ਆਪਣੀ ਮਰਜ਼ੀ ਦਾ ਲੈ ਆਓ। ਉਹਨੇ ਉਹ ਲਿਆਂਦਾ ਵੀ ਜਿਹਦਾ ਦਿਮਾਗ ਵੀ ਨਹੀਂ, ਮੂੰਹ 'ਚੋਂ ਲਾਲਾਂ ਵਗ ਰਹੀਆਂ, ਗੂੰਗਾ, ਸਤਿਗੁਰਾਂ ਨੂੰ ਛੜੀ ਲਾਈ। ਅਤੇ ਕਹਿੰਦੇ ਪੰਡਿਤ ਜੀ ਪੁੱਛੋ ਹੁਣ ਗੀਤਾ ਦੀਆਂ ਪੰਕਤੀਆਂ। ਉਹ ਪੁੱਛਦੇ ਹੈ, ਉਹ ਜਵਾਬ ਦਿੰਦਾ ਗੀਤਾ ਦੇ ਅਰਥ। ਅਤੇ ਕਿਸੇ ਨੂੰ ਡਿਪਰੈਸ਼ਨ ਹੋ ਜੇ, ਉਹ ਕੀ ਹੁੰਦਾ ਵੀ ਦਿਮਾਗ ਵਾਲੀ ਗੱਲ ਖਤਮ ਹੋ ਗਈ ਹੈ। ਉਹ ਇਸ ਐਡਰੈਸ 'ਤੇ ਪਹੁੰਚੇ। ਵਿਧੀ ਫੋਨਾਂ 'ਤੇ ਸਮਝ ਲੈਣੀ, ਟਾਈਮ ਨਹੀਂ, ਹੁਣ ਲੇਟ ਹੋ ਗਏ ਹਾਂ। ਅਤੇ ਉੱਥੇ ਜਾ ਕੇ ਸੁਮਨੀ ਸਾਹਿਬ ਦਾ ਪਾਠ, ਇਸ਼ਨਾਨ ਦੇ ਕਰਾ ਕੇ ਅਰਦਾਸ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ। ਰਾਜ ਜਾਣਾ ਕਿਵੇਂ ਹੈ? ਚਾਰ ਵਾਰੀ ਵਾਹਿਗੁਰੂ ਮੁੱਖ 'ਚ ਰੱਖਣਾ, ਦੂਜੀ ਵਾਰੀ ਬੋਲਣਾ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਸ ਡਿੱਠੇ, ਫਿਰ ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਇਹ ਜਪਦੇ ਜਾਣਾ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ ਤੁਹਾਨੂੰ ਬਾਲਾ ਪ੍ਰੀਤ ਨੂੰ ਡਿੱਗਣਗੇ। ਆਖੋ ਸਤਨਾਮ। ਕਿਸੇ ਨੂੰ ਡਿਪਰੈਸ਼ਨ ਹੋ ਜਾਵੇ, ਜੋ ਦਵਾਈ ਲੈਣੀ ਲਓ, ਉਹ ਕੋਈ ਗੱਲ ਨਹੀਂ। ਗੁਰੂ ਹਰਿਆ ਸਾਹਿਬ ਨੇ ਦਵਾਖਾਨੇ ਖੋਲ੍ਹੇ ਆ, ਦਵਾਈ ਲੈਣੀ ਹੈ, ਵਿੱਚੋਂ ਆਸਰਾ ਉਹਦਾ ਤੱਕਣਾ। ਸੱਚ ਕਹਿੰਦਾ ਜੀ, ਜਿਹਨੂੰ ਭੇਜਿਆ ਜੁਗਤੀ ਨਾਲ, ਜਲੰਧਰ ਮਿਲਾਪ ਚੌਂਕ, ਮੇਰੇ ਕੋਲ ਐਡਰੈਸ ਲੈ ਸਕਦੇ ਹੋ। ਕਰੋੜਾਂ ਦਾ ਸ਼ੋਰੂਮ, 15 ਨੌਕਰ ਕੰਮ ਕਰਦੇ ਆ ਥੱਲੇ, ਪਰ ਉਹ ਬੰਦੇ ਨੂੰ ਡਿਪਰੈਸ਼ਨ ਹੋ ਗਈ, ਦੁਕਾਨ ਵੀ ਬੰਦ, 15 ਨੌਕਰ ਵੀ ਵਿਹਲੇ, ਲੱਖਾਂ ਦੀ ਸੇਲ ਵੀ ਬੰਦ। ਖੁਦ ਦਾਸ ਉਹਨਾਂ ਦੇ ਘਰ ਗਿਆ, ਪਰਿਵਾਰ ਬਹੁਤ ਨੇੜੇ ਵਾਲਾ ਸੀ। ਜਦੋਂ ਉਹਨਾਂ ਨੂੰ ਕਿਹਾ ਵੀ 31 ਪਾਠ ਸੁਮਨੀ ਸਾਹਿਬ 15 ਦਿਨਾਂ ਦੇ ਸ਼ੁਰੂ ਕਰੋ, ਇਹ ਬੱਚੇ ਨੂੰ ਇਸ ਤਰ੍ਹਾਂ ਕਾਰਜ ਨੰਗੇ ਪੈਰੀ
ਟ੍ਰੇਨ ਚ ਚਲ ਜਾਓ, ਇਹ ਜਪਦੇ ਜਾਓ ਜਿਹੜਾ ਬੋਲਿਆ। ਬਾਲਾ ਪ੍ਰੀਤਮ ਦੇ ਅਸਥਾਨ ਪੰਜੋਖਰਾ ਸਾਹਿਬ ਜਿੱਥੇ ਛੜੀ ਲਾਈ ਛੱਜੂ ਝੀਵਰ ਦੇ, ਇੰਜ ਭਾਵਨਾ ਨਾਲ ਜਾਓ ਉੱਥੇ ਜਾ ਕੇ ਵੀ ਇੱਕ ਪਾਠ ਸੁਮਨੀ ਸਾਹਿਬ ਕਰੋ, ਬੱਚੇ ਨੂੰ ਇਸ਼ਨਾਨ ਕਰਾਓ, ਇਹ ਵੀਰ ਨੂੰ ਜਿਹੜਾ ਸ਼ੋਰੂਮ 'ਤੇ ਬਹਿੰਦਾ ਸੀ ਬਾਲ ਬੱਚਿਆਂ ਵਾਲਾ ਸੀ, ਅਤੇ ਮੈਂ ਕਿਹਾ ਇਹਨੂੰ ਇਸ਼ਨਾਨ ਕਰਾ ਕੇ ਅਤੇ ਅਰਦਾਸ ਕਰਨੀ ਦੇਗ ਲੈ ਕੇ ਕਿ ਬਾਲਾ ਪ੍ਰੀਤਮ ਕਿਰਪਾ ਕਰੋ ਜਿਵੇਂ ਉਹਨੂੰ ਛੜੀ ਲਾਈ ਇਹਨੂੰ ਵੀ ਲਾ ਦਿਓ, ਆਖੋ ਸਤਨਾਮ। ਯਕੀਨ ਜਾਣਿਓ ਮਹੀਨੇ 'ਚ ਮੈਂ ਕਿਹਾ ਇੱਕ ਵਾਰੀ ਜਾਓ, ਪੰਜ ਹਾਜ਼ਰੀਆਂ ਭਰੋ। ਸੰਗਤ ਜੀ ਅਜੇ ਪਹਿਲੀ ਹਾਜ਼ਰੀ ਲੱਗੀ ਸੀ ਅਤੇ ਦੂਜੀ ਵੀ ਅਜੇ ਨਹੀਂ ਸੀ ਲੱਗੀ ਕਿ ਸ਼ੋਅਰੂਮ ਵੀ ਖੁੱਲ੍ਹ ਗਏ, ਸਾਰਾ ਕਾਰਜ ਵੀ ਸਿੱਧਾ, ਖੁਦ ਮੈਨੂੰ ਵਿਸ਼ਵਾਸ ਬਣ ਗਿਆ। ਮੈਂ ਕਿਹਾ ਸਾਡੇ ਬਾਲਾ ਪ੍ਰੀਤਮ ਨੇ ਇੱਕ ਨੂੰ ਛੜੀ ਨਹੀਂ ਲਾਈ, ਅੱਜ ਵੀ ਛੜੀਆਂ ਲਾ ਰਹੇ ਨੇ, ਸਾਨੂੰ ਐਡਰੈਸ ਪਤਾ ਹੋਣੇ ਚਾਹੀਦੇ। ਇਸੇ ਤਰ੍ਹਾਂ ਜਿਹਨੂੰ ਪੈਰਾਲਾਈਜ਼ ਕਹਿੰਦੇ ਆ, ਇੱਕ ਪਾਸਾ ਅਧਰੰਗ ਹੋ ਜਾਣਾ, ਇਹਦਾ ਐਡਰੈਸ ਕਿੱਥੇ ਹੈ? ਸਾਬੋ ਕੀ ਤਲਵੰਡੀ ਪੰਜਵਾਂ ਤਖਤ, ਜਿੱਥੇ ਗੁਰੂ ਗੋਬਿੰਦ ਸਿੰਘ ਨੇ ਇੱਕ ਸ਼ੀਸ਼ੇ 'ਤੇ ਵਰ ਦਿੱਤਾ ਸੀ ਕਿ ਇਹ ਸ਼ੀਸ਼ੇ ਨੂੰ ਜਿਹੜਾ ਤਿੰਨ ਦਿਨ ਉੱਥੇ ਰਹੇਗਾ ਜਿਹਨੂੰ ਪੈਰਾਲਾਈਜ਼ ਹੋ ਜਾਏ, ਸ਼ੀਸ਼ੇ ਦੇ ਸਾਹਮਣੇ 15-15 ਮਿੰਟ ਵਾਹਿਗੁਰੂ ਵਾਹਿਗੁਰੂ ਰੋਜ਼ ਜਪੇਗਾ 3 ਦਿਨ, ਉਹਦਾ ਪੈਰਾਲਾਈਜ਼ ਰਾਜੀ। ਮੇਰੇ ਕੋਲ ਐਡਰੈਸ ਲੈ ਸਕਦੇ ਹੋ ਜਿਨ੍ਹਾਂ ਦੇ ਹੋਏ ਨੇ, ਆਖੋ ਸਤਨਾਮ। ਅਤੇ ਮੈਂ ਬਹੁਤਾ ਟਾਈਮ ਨਹੀਂ, ਬਾਕੀ ਮਰਿਆਦਾ ਉੱਥੋਂ ਦੇ ਗ੍ਰੰਥੀ ਸਿੰਘ ਸਮਝਾ ਦੇਣਗੇ ਤੁਹਾਨੂੰ, 5ਵੇਂ ਤਖਤ ਹੈ ਤੁਹਾਡਾ ਸਾਬੋ ਕੀ ਤਲਵੰਡੀ, ਇਹ ਐਡਰੈਸ ਨੇ ਸਾਡੇ। ਆਹ ਜਿਹੜਾ ਮਾਸ ਹੈ ਸਾਡਾ, ਆਹ ਮਾਸ ਆ ਤਨ ਦੀ ਚਮੜੀ, ਕਈ ਵਾਰੀ ਆ ਚਮੜੀ ਦਾ ਰੋਗ ਹੋ ਜਾਂਦਾ, ਚਮੜੀ ਨੂੰ ਪ੍ਰੋਬਲਮ ਆ ਗਈ, ਇਹਦਾ ਐਡਰੈਸ ਕਿੱਥੇ ਹੈ? ਪਿਆਰ ਨਾਲ ਆਖੋ ਤਰਨ ਤਾਰਨ ਸਾਹਿਬ, ਗੱਜ ਕੇ ਆਖੋ ਸਤਨਾਮ। ਗੁਰੂ ਅਰਜਨ ਦੇਵ ਜੀ ਹੋ ਗਏ ਦਿਆਲੂ, ਅਤੇ ਫਿਰ ਵਚਨ ਕਰਤਾ ਸਰੋਵਰ 'ਤੇ, ਕਹਿੰਦੇ ਜਿਹੜਾ ਇੱਥੇ ਆ ਕੇ ਸੁਮਨੀ ਸਾਹਿਬ ਦਾ ਸਹਾਰਾ ਲਏਗਾ, ਇਸ਼ਨਾਨ ਕਰਾਏਗਾ, ਉਹਦੇ ਚਮੜੀ ਦੇ ਰੋਗ ਰਾਜੀ ਹੋਣਗੇ। ਗੱਜ ਕੇ ਕਹਿ ਦਿਓ ਸਤਨਾਮ। ਇੱਕ ਹੁੰਦੀ ਕਿਤਾਬਾਂ 'ਚੋਂ ਕਥਾ ਬੋਲਣੀ, ਇੱਕ ਹੁੰਦੀ ਕਿਤਾਬਾਂ 'ਚੋਂ ਪੜ੍ਹ ਕੇ ਚੀਜ਼ ਬੋਲਣੀ। ਦਾਸ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ, ਇੱਕ ਅੱਖੀ ਵੇਖੀਆਂ ਹੋਈਆਂ, ਆਖੋ ਸਤਨਾਮ। ਅੱਖੀ ਵੇਖੀਆਂ, ਮੇਰੇ ਕੋਲ ਐਡਰੈਸ ਲੈ ਸਕਦੇ ਹੋ। ਕੁਰਾਲੀ ਦਾ ਖਾਰਸ਼ ਹੀ ਖਾਰਸ਼, ਚਮੜੀ 'ਤੇ ਖਾਰਸ਼ ਹੀ ਖਾਰਸ਼, ਅਸੀਂ ਵੀ ਜਦੋਂ ਭੇਜਦੇ ਹਾਂ ਨਾ ਡਰ ਡਰ ਕੇ ਭੇਜੀਦਾ, ਸਤਿਗੁਰੂ ਵਾੜ ਲਾਈ ਰੱਖੀ, ਹੁਣ ਆਇਆ ਤੇਰੇ ਚਰਨਾਂ 'ਚ। ਸੰਗਤ ਜੀ ਕੁਰਾਲੀ ਤੋਂ ਇੱਕ ਇਸ਼ਨਾਨ ਦੱਸਿਆ ਮਹੀਨੇ ਦਾ, ਤਰਨ ਤਾਰ ਨਾਲ ਘਰ ਸੁਮਨੀ ਸਾਹਿਬ ਦੇ ਪਾਠ ਚਲਾ ਦਿੱਤੇ, ਵਿਧੀ ਦੱਸਤੀ। ਸੱਚ ਕਹਿੰਦਾ ਜੇ ਮੇਰਾ ਖਿਆਲ ਅਜੇ ਦੂਜਾ ਇਸ਼ਨਾਨ ਨਹੀਂ ਸੀ, ਉਹਦਾ ਖੁਦ ਫੋਨ ਆਇਆ ਕਿ ਉਹ ਸਰੀਰ ਜਿਹੜਾ ਖਾਰਸ਼ ਨਾਲ ਜਿੱਥੇ ਕਰੀ ਜਾਣੀ ਲਓ, ਚਮੜੀ ਦਾ ਰੋਗ ਬੜਾ ਭੈੜਾ ਹੁੰਦਾ, ਜਦੋਂ ਉਹਨੇ ਆਖਿਆ ਜੀ 90% ਕੱਪੜਾ ਤੱਕ ਨਹੀਂ ਸੀ ਪਾਇਆ ਜਾਂਦਾ ਸਰੀਰ 'ਤੇ, 90% ਮੇਰੀਆਂ ਅੱਖਾਂ 'ਚ ਰੋਣ ਆ ਜਾਂਦਾ ਵੀ ਐਡਾ ਅਮੀਰ ਸਾਡਾ ਮਾਲਕ, ਐਡਾ ਅਮੀਰ ਸਾਡਾ ਗੁਰੂ, ਕਿ ਗੁਰੂ ਅਰਜਨ ਦੇਵ ਜੀ ਇੱਕ ਲੜਕੀ ਦੇ ਚਿਹਰੇ 'ਤੇ ਮੋਕੇ ਸੀ, ਉਹਦੀ ਮਾਂ ਕਹਿੰਦੀ ਸੀ ਸਤਿਗੁਰੂ ਇਹਨੂੰ ਕੌਣ ਕਬੂਲੇਗਾ, ਆਖੋ ਸਤਨਾਮ। ਮਹਾਰਾਜ ਕਹਿੰਦੇ ਲਿਆਓ ਕਈ, ਲਾਓ ਟੱਕ, ਇੱਥੇ ਸਰੋਵਰ ਬਣਾਓ ਬਚਨ। ਇਹ ਸਰੋਵਰ ਦੇ ਇਸ਼ਨਾਨ ਦਾ ਨਾ ਕਈ ਖੰਡਨ ਕਰਦੇ ਕੱਟੜ ਬੰਦੇ, ਜਿੱਥੇ ਬਚਨ ਕੀਤਾ ਨਾ ਸਤਿਗੁਰਾਂ ਨੇ ਬਚਨ ਨਾਲ, ਇਹ ਸਰੋਵਰ 'ਚ ਇੰਜ ਇਸ਼ਨਾਨ ਅਤੇ ਆਹ ਝੋਲੀ, ਉਹ ਸਰੋਵਰ ਦਾ ਇਸ਼ਨਾਨ ਨਹੀਂ, ਉਹ ਗੁਰੂ ਦੇ ਬਚਨ ਦਾ ਇਸ਼ਨਾਨ ਹੈ। ਗੱਜ ਕੇ ਆਖੋ ਸਤਨਾਮ। ਇਹ ਸਾਨੂੰ ਕੌਮ ਨੂੰ ਐਡਰੈਸ ਪਤਾ ਹੋਣੇ ਚਾਹੀਦੇ, ਅਸੀਂ ਭਟਕੀਏ ਨਾ, ਗੱਜ ਕੇ ਆਖੋ ਸਤਨਾਮ। ਤੁਹਾਡੇ ਘਰ 5 ਲੱਖ ਰੁਪਇਆ ਪਿਆ ਹੋਵੇ ਅਤੇ ਕਿਸੇ ਨੇ ਤੁਹਾਡੇ ਕੋਲ 20,000 ਲੈਣਾ, ਉਹ ਤੁਹਾਡੇ ਬੂਹੇ ਭੰਨੀ ਜਾਵੇ, ਮੈਨੂੰ ਦਿੰਦਾ ਨਹੀਂ 20,000, ਬੇਇੱਜ਼ਤੀ ਕਰੀ ਜਾਵੇ, ਅਤੇ ਘਰ 5 ਲੱਖ ਪਿਆ ਤੁਹਾਨੂੰ ਪਤਾ ਹੀ ਨਹੀਂ, ਅਤੇ ਪਤਾ ਹੋਵੇ ਪਿਆ ਚੱਕ ਕੇ ਦਿਓਗੇ, ਲੈ ਵੀ ਤੂੰ ਆਪਣਾ ਲੈ, ਆਹ ਸਾਨੂੰ ਐਡਰੈਸ ਪਤਾ ਹੋਣਗੇ ਅਤੇ ਫਿਰ ਸਾਡੀ ਅਮੀਰੀ ਹੈ, ਨਹੀਂ ਤਾਂ ਅਸੀਂ ਐਵੇਂ ਗਲਤ ਜਗ੍ਹਾ ਭਟਕੀ ਜਾਵਾਂਗੇ। ਆਖੋ ਸਤਨਾਮ। ਇਹ ਤੋਂ ਥੋੜ੍ਹੇ ਥੋੜ੍ਹੇ ਤਾਂ ਇਸ਼ਾਰੇ ਸੰਗਤ ਵਿੱਚ ਦਈਦੇ ਆ, ਇਹ ਜਿੰਨੀਆਂ ਸੰਗਤਾਂ ਬੈਠੀਆਂ ਜੇ ਅੱਜ ਦਾ ਪ੍ਰਕਰਨ, ਕਿਉਂਕਿ ਸਿੱਖ ਸੇਵਕ ਜਥਾ ਨਾਲ ਸਾਰਾ ਸਾਧ ਸੰਗਤ ਗੁਰਦੁਆਰੇ ਦੀ ਕਮੇਟੀ, ਸਾਡੇ ਵਿਚੋਲੇ ਬਣੇ ਬੰਟੀ ਭਾਜੀ, ਆ ਸਰਬਜੀਤ ਸਿੰਘ, ਹੋਰ ਸਾਰੇ ਹੀ ਪ੍ਰੇਮੀ ਹਰ ਵੀਰਵਾਰ ਅੰਮ੍ਰਿਤ ਵੇਲਾ ਸੰਭਾਲਦੇ ਨੇ, ਅਤੇ ਗੁਰੂ ਦੀ ਕਿਰਪਾ ਹੈ, ਬਖਸ਼ਿਸ਼ ਹੈ।